ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੁੱਚੇ ਦੇਸ਼ਾਂ ਵਿਦੇਸ਼ਾਂ ਦੀ ਸਾਧ ਸੰਗਤ, ਆਪ ਜੀ ਨੂੰ ਪਤਾ ਹੀ ਹੈ ਕਿ ਜੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ 328 ਸਰੂਪ ਗੁਰਦੁਆਰਾ ਰਾਮਸਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ, ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਪ੍ਰਕਾਸ਼ਿਤ ਕੀਤੇ ਜਾਂਦੇ ਨੇ, ਉੱਥੇ ਜਿਹੜੇ ਸਰੂਪ ਨੇ ਉਹਨਾਂ ਦੇ ਜਿਹੜੇ ਗਬਨ ਹੋਏ ਨੇ ਸਰੂਪ, ਉਹਦੇ ਬਾਰੇ ਜੋ ਵੀ ਆਉਣ ਪਿਛਲੇ ਦਿਨਾਂ ਦੇ ਵਿੱਚ ਸਿੱਖ ਪੰਥ ਦੇ ਵਿੱਚ ਗਤੀਵਿਧੀਆਂ ਚੱਲ ਰਹੀਆਂ ਨੇ, ਚਰਚਾ ਚੱਲ ਰਹੀਆਂ ਨੇ, ਜਿਹੜੇ ਮੋਰਚੇ ਲੱਗੇ ਹੋਏ ਨੇ, ਉਸ ਦੇ ਬਾਰੇ ਆਪ ਦੇ ਨਾਲ ਥੋੜ੍ਹੀ ਜਿਹੀ ਵਿਚਾਰ ਜਿਹੜੀ ਹੈ ਉਹ ਸਾਂਝੀ ਕਰਨ ਦਾ ਯਤਨ ਕਰਾਂਗੇ। ਕਿਉਂਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਹੜੇ ਸਮੁੱਚੀ ਮਨੁੱਖਤਾ ਦੇ ਰਹਿਬਰ ਹਨ, ਔਰ ਸਿੱਖ ਧਰਮ ਦੇ ਜਾਂ ਸਮੁੱਚੇ ਵਿਸ਼ਵ ਦੇ ਜਿਹੜੇ ਨੇ ਉਹ ਗੁਰੂ ਸਾਹਿਬ ਹਨ, ਜਿਨ੍ਹਾਂ ਤੋਂ ਸਿੱਖ ਧਰਮ ਜਿਹੜਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਆਪਣੀ ਨਮਸਕਾਰ ਕਰਕੇ ਆਪਣਾ ਅਕੀਦਾ ਰੱਖਦਾ, ਔਰ ਗੁਰਬਾਣੀ ਪੜ੍ਹ ਕੇ ਸਰਵਣ ਕਰਕੇ ਆਪਣੇ ਜੀਵਨ ਨੂੰ ਸਫਲ ਬਣਾਉਂਦਾ ਹੈ, ਸਫਲ ਬਣਾਉਣ ਦਾ ਜਿਹੜਾ ਉਹ ਯਤਨ ਕਰਦਾ ਹੈ। ਇੱਕ ਪੰਜਾਬੀ ਦੀ ਕਹਾਵਤ ਹੈ, ਜਦੋਂ ਵਾੜ ਖੇਤ ਨੂੰ ਖਾਣ ਲੱਗ ਪਏ ਤਾਂ ਉਹ ਫਸਲ ਦਾ ਕੀ ਬਣੇਗਾ। ਜਿਹੜੀ ਵਾੜ ਹੁੰਦੀ ਆ ਉਹ ਖੇਤ ਨੂੰ ਫਸਲ ਨੂੰ ਬਚਾਉਣ ਵਾਸਤੇ ਕੀਤੀ ਜਾਂਦੀ ਹੈ, ਅਤੇ ਜੇ ਉਹ ਵਾੜ ਨੂੰ ਹੀ ਮੂੰਹ ਲੱਗ ਜਾਣ ਅਤੇ ਉਹ ਵਾੜ ਹੀ ਫਸਲ ਨੂੰ ਖਾਣ ਲੱਗ ਜਾਵੇ ਅਤੇ ਫਿਰ ਜਿਹੜਾ ਬਾਹਰੋਂ ਹਮਲਾ ਹੋਣਾ ਹੈ ਉਹਦੇ ਬਾਰੇ ਕੀ ਕਿਹਾ ਜਾ ਸਕਦਾ। ਕਿਉਂਕਿ ਜਿਹੜੀ ਫਸਲ ਹੈ ਉਹਦੇ ਵਾੜ ਨੇ ਹੀ ਜਿਹੜਾ ਹੈ ਉਹ ਖਰਾਬ ਕਰ ਦਿੱਤੀ। ਉਹ ਹਿਸਾਬ ਜਿਹੜਾ ਇਸ ਵੇਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਉਹ ਹੋਇਆ ਪਿਆ ਹੈ, ਕਿਉਂਕਿ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਪੰਥ ਖਾਲਸਾ ਸ਼ਹੀਦੀਆਂ ਦੇ ਵਿੱਚੋਂ ਜਿਹੜੀ ਨਿਕਲੀ ਹੈ, ਔਰ ਉਸ ਜਿਹੜੀ ਹੈ ਸ਼੍ਰੋਮਣੀ ਗੁਰਦੁਆਰਾ ਕਮੇਟੀ ਨੇ ਗੁਰਦੁਆਰੇ ਸਾਹਿਬਾਨਾਂ ਦੀ ਜਿਹੜਾ ਸੀਗਾ ਅਤੇ ਸਿਧਾਂਤ ਦੇ ਉੱਤੇ ਪਹਿਰਾ ਦੇਣਾ ਸੀਗਾ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਤਿਕਾਰ ਨੂੰ ਬਰਕਰਾਰ ਰੱਖਣ ਵਾਸਤੇ ਪਹਿਰਾ ਦੇਣਾ ਸੀਗਾ, ਅਤੇ ਸ਼੍ਰੋਮਣੀ ਕਮੇਟੀ ਦੇ ਅੰਦਰ ਚੱਲ ਰਿਹਾ ਸੀ ਜਿੱਥੇ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ਿਤ ਹੁੰਦੇ ਨੇ, ਔਰ ਉੱਥੋਂ ਹੀ 350 ਦੇ ਕਰੀਬ 325 ਸਰੂਪਾਂ ਦਾ ਗਬਨ ਹੋ ਜਾਣਾ, ਇਹ ਸਿੱਖ ਕੌਮ ਨੂੰ ਜਿਹੜਾ ਉਹ ਹਜ਼ਮ ਨਹੀਂ ਹੋ ਰਿਹਾ। ਵੱਖ ਵੱਖ ਰਹਿਮਾਂ ਨੇ ਵੀ ਸਰੂਪ ਗਏ ਕਿੱਥੇ, ਕਿੰਨੇ ਦਿੱਤੇ, ਜਾਂ ਕਿਹਦੇ ਫੋਨ ਆਏ, ਕਿਹਦੀ ਪਰਚੀ ਆਉਂਦੀ ਸੀਗੀ, ਇਸ ਕਰਕੇ ਜਿੰਨਾ ਚਿਰ ਸਰੂਪਾਂ ਦਾ ਪਤਾ ਨਹੀਂ ਚੱਲਦਾ ਉਹਨਾਂ ਚਿਰ ਇਹ ਵਾਦ ਵਿਵਾਦ ਚੱਲਦਾ ਰਹਿਣਾ ਹੈ। ਇਸ ਕਰਕੇ ਸ਼੍ਰੋਮਣੀ ਕਮੇਟੀ ਨੂੰ ਸਹਿਰਦਤਾ ਵਿਖਾਉਣੀ ਚਾਹੀਦੀ ਹੈ ਵੀ ਜਿਹੜੀਆਂ ਸੰਗਤਾਂ ਮੋਰਚੇ 'ਤੇ ਬੈਠੀਆਂ ਨੇ ਉਹਨਾਂ ਨਾਲ ਪਿਆਰ ਨਾਲ ਗੱਲ ਕੀਤੀ ਜਾਵੇ ਅਤੇ ਸਮੁੱਚੇ ਵਿਸ਼ਵ ਦੇ ਵਿੱਚ ਇਹ ਚੀਜ਼ਾਂ ਜਨਤਕ ਕੀਤੀਆਂ ਜਾਣ ਵੀ ਸਰੂਪ ਕੌਣ ਲੈ ਕੇ ਗਿਆ, ਕਿੰਨੇ ਦਿੱਤੇ, ਕਾਹਦੇ ਵਾਸਤੇ ਜਿਹੜੇ ਉਹ ਸਰੂਪ ਜਿਹੜੇ ਨੇ ਉਹ ਦਿੱਤੇ ਗਏ ਨੇ। ਭਾਵੇਂ ਕਿ ਇਸ ਵੇਲੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬਾਨ ਗਿਆਨੀ ਹਰਪ੍ਰੀਤ ਸਿੰਘ ਜੀ ਉਹ ਬਹੁਤ ਵਧੀਆ ਆਪਣਾ ਰੋਲ ਅਦਾ ਕਰ ਰਹੇ ਨੇ, ਪਰ ਜਿਹੜੀਆਂ ਧਾਰਮਿਕ ਸਵਾਵਾਂ ਹੁੰਦੀਆਂ ਨੇ ਉਹ ਇਸੇ ਤਰ੍ਹਾਂ ਹੀ ਲੱਗਦੀਆਂ ਰਹੀਆਂ ਨੇ ਅਤੇ ਇਸੇ ਤਰ੍ਹਾਂ ਲੱਗ ਰਹੀਆਂ ਨੇ। ਪਰ ਇਹ ਮਸਲਾ ਬੜਾ ਜਿਹੜਾ ਉਹ ਗੰਭੀਰ ਹੈ, ਕਿਉਂਕਿ ਇਹ ਇਸ ਸ਼੍ਰੋਮਣੀ ਕਮੇਟੀ ਨੇ ਇਹਦੇ ਸਤਿਕਾਰ ਬਹਾਲ ਰੱਖਣਾ ਸੀ ਅਤੇ ਸ਼੍ਰੋਮਣੀ ਕਮੇਟੀ ਦੇ ਰਾਜ ਦੇ ਵਿੱਚ ਹੀ ਜੇ ਇਹੋ ਜਿਹਾ ਕੁਛ ਹੋ ਰਿਹਾ ਜਿੱਥੇ ਸਿੱਖਾਂ ਨੂੰ ਬੈਠਿਆਂ ਨੂੰ ਡਾਂਗਾਂ ਮਾਰੀਆਂ ਜਾ ਰਹੀਆਂ ਨੇ, ਸਿੱਖਾਂ ਦੇ ਉੱਤੇ ਅਤਿਆਚਾਰ ਕੀਤੇ ਜਾ ਰਹੇ ਨੇ, ਇਹ ਇੱਕ ਸੋਚਣ ਵਾਲੀ ਜਿਹੜੀ ਹੈ ਉਹ ਗੱਲ ਹੈ। ਜਿਹੜਾ ਸ਼੍ਰੋਮਣੀ ਕਮੇਟੀ ਜਿਹੜੀ ਬਣੀ ਹੈ ਇਹਦਾ 100 ਸਾਲਾ ਸ਼ਤਾਬਦੀ ਜਿਹੜੀ ਆ ਰਹੀ ਆਉਣ ਵਾਲੇ ਦਿਨਾਂ ਦੇ ਵਿੱਚ, ਪਰ ਜਦੋਂ ਸਦੀ ਪਲਟਣ ਲੱਗੀ 100 ਸਾਲ ਹੋਣ ਲੱਗਾ ਅਤੇ ਉੱਥੋਂ ਵੇਖਣਾ ਪਊਗਾ ਪਿਛਲੇ 20 ਸਾਲਾਂ ਦੇ ਵਿੱਚ ਇਹ ਸ਼੍ਰੋਮਣੀ ਕਮੇਟੀ ਬੜੇ ਨਿਘਾਰ ਵੱਲ ਗਈ ਹੈ। ਇਸ ਨੇ ਪੰਥ ਦਾ ਜਿਹੜੀ ਵਧੀਆ ਤਰੀਕੇ ਦੇ ਨਾਲ ਨੁਮਾਇੰਦਗੀ ਨਹੀਂ ਕੀਤੀ, ਦੇਸ਼ ਦੇ ਵਿਦੇਸ਼ਾਂ ਦੇ ਵਿੱਚ ਇਹਦੇ ਵਾਸਤੇ ਬਹੁਤ ਜਿਹੜਾ ਉਹ ਰੋਸ ਪਾਇਆ ਜਾ ਰਿਹਾ ਹੈ। ਇਸ ਕਰਕੇ ਵੇਖਣ ਵਾਲੀ ਗੱਲ ਇਹ ਹੈ ਵੀ ਜਿਹੜੇ ਸਰੂਪ ਮਹਾਰਾਜ ਦੇ ਉਹ ਕਿੱਥੇ ਗਏ ਨੇ, ਕਿੰਨਾ ਬੰਦਿਆਂ ਦਾ ਵਿੱਚ ਦੇਣ ਲੈਣ ਹੈ, ਕਿਹੜੇ ਬੰਦਿਆਂ ਨੇ ਇਹ ਕੰਮ ਕੀਤੇ ਨੇ, ਉਹਨਾਂ ਨੂੰ ਸੰਗਤਾਂ ਦੇ ਸਾਹਮਣੇ ਲਿਆਂਦਾ ਜਾਵੇ, ਨਹੀਂ ਤਾਂ ਇਹਦੇ ਸਿੱਟੇ ਜਿਹੜੇ ਬੜੇ ਜਿਹੜੇ ਨੇ ਉਹ ਭਿਆਨਕਰ ਨਿਕਲਣਗੇ। ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਸ਼੍ਰੋਮਣੀ ਕਮੇਟੀ ਦਾ ਉੱਥੇ ਪੰਥ ਦਾ ਵੀ ਜਿਹੜਾ ਉਹ ਨੁਕਸਾਨ ਹੋਏਗਾ, ਆਪਸੀ ਟਕਰਾਅ ਵੀ ਜਿਹੜੇ ਉਹ ਹੋ ਰਹੇ ਨੇ। ਇਸ ਕਰਕੇ ਇਹਨਾਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਅਸੀਂ ਸ਼੍ਰੋਮਣੀ ਕਮੇਟੀ ਨੂੰ ਬੇਨਤੀ ਕਰਦੇ ਹਾਂ ਵੀ ਭਾਈ ਇਹ ਸਾਰਾ ਕੁਝ ਜਨਤਕ ਕਰੋ, ਸੰਗਤਾਂ ਦੇ ਸਾਹਮਣੇ ਲਿਆਓ, ਜਿਹੜੇ ਇਹਦੇ 'ਚ ਦੋਸ਼ੀ ਨੇ ਉਹਨਾਂ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਆ, ਜਿਹੜੇ ਇਹਦੇ ਵਿੱਚ ਜਿਹੜੇ ਮੈਂਬਰ ਨੇ ਜਿਹੜੇ ਐਕਟਿੰਗ ਕਮੇਟੀ ਦੇ ਮੈਂਬਰ ਸਨ ਉਸ ਵੇਲੇ, ਅਵਤਾਰ ਸਿੰਘ ਮੱਕੜ ਪ੍ਰਧਾਨ ਤਾਂ ਨਹੀਂ ਰਹੇ ਪਰ ਜਿਹੜੇ ਉਸ ਵੇਲੇ ਮੈਂਬਰ ਸਨ, ਜੇ ਉਹਨਾਂ ਨੇ ਆਵਾਜ਼ ਨਹੀਂ ਚੁੱਕੀ ਤਾਂ ਉਹਨਾਂ ਨੂੰ ਅਸਤੀਫੇ ਦੇ ਕੇ ਘਰਾਂ 'ਚ ਬਹਿ ਜਾਣਾ ਚਾਹੀਦਾ, ਗਾਂਹ ਤੋਂ ਉਹ ਮੈਂਬਰ ਨਾ ਬਣ ਸਕਣ, ਅਤੇ ਜਿਹੜੇ ਮੁਲਾਜ਼ਮ ਸਨ ਜਿਨ੍ਹਾਂ ਮੁਲਾਜ਼ਮਾਂ ਨੇ ਗਲਤੀਆਂ ਕੀਤੀਆਂ ਉਹਨਾਂ ਨੂੰ ਨੌਕਰੀਆਂ ਤੋਂ ਕੱਢਿਆ ਜਾਣਾ ਚਾਹੀਦਾ, ਔਰ ਉਹਨਾਂ ਦੇ ਪਰਿਵਾਰ ਦਾ ਕੋਈ ਜੀਅ ਸ਼੍ਰੋਮਣੀ ਕਮੇਟੀ ਦੇ ਵਿੱਚ ਨੌਕਰੀ ਨਾ ਕਰ ਸਕੇ। ਇੱਦਾਂ ਦੇ ਸਖ਼ਤ ਫੈਸਲੇ ਜਿਹੜੇ ਲੈਣੇ ਚਾਹੀਦੇ ਹਨ, ਜਿੱਥੇ ਆਪਸੀ ਟਕਰਾਅ ਹੈ ਉਹਦੇ ਤੋਂ ਜਿਹੜਾ ਉਹ ਬਚਣਾ ਚਾਹੀਦਾ ਹੈ। ਇਸ ਕਰਕੇ ਜਿਹੜੀਆਂ ਸੰਗਤਾਂ ਉੱਥੇ ਬੈਠੀਆਂ ਨੇ ਰੋਸ ਵਜੋਂ,
ਅਤੇ ਉਹਨਾਂ ਨੂੰ ਸ਼ਾਂਤ ਕਰਨ ਵਾਸਤੇ ਇਹਨਾਂ ਨੂੰ ਉੱਥੇ ਸੰਗਤਾਂ ਦੇ ਸਾਹਮਣੇ ਜਿਹੜਾ ਸੱਚ ਉਹ ਰੱਖਣਾ ਪਿਆ ਚਾਹੀਦਾ ਹੈ ਅਤੇ ਰੱਖਣਾ ਪੈਣਾ ਹੈ, ਨਹੀਂ ਤਾਂ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਰੋਸ ਸੰਗਤਾਂ ਦੇ ਵਿੱਚ ਵੱਧਦਾ ਜਾਣਾ, ਜਿਵੇਂ 2017 ਦੇ ਵਿੱਚ ਬੁਰਜ ਜਵਾਹਰ ਸਿੰਘ ਵਾਲਾ ਜਾਂ ਬਰਗਾੜੀ 'ਚ ਬੇਅਦਬੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਅਤੇ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਜਿਹੜੀ 2017 ਦੀ ਇਲੈਕਸ਼ਨ 'ਚ ਲੋਕਾਂ ਦੇ ਸਾਹਮਣੇ ਭੁਗਤਣੀ ਪਈ। ਆਉਣ ਵਾਲੇ ਦਿਨਾਂ 'ਚ ਸ਼੍ਰੋਮਣੀ ਕਮੇਟੀ ਨੇ ਵੀ ਇਹ 'ਚ ਕੋਈ ਸਹੀ ਫੈਸਲਾ ਨਾ ਲਿਆ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਸ਼੍ਰੋਮਣੀ ਕਮੇਟੀ ਨੂੰ ਵੀ ਆਪਣੀਆਂ ਇਹ ਕੀਤੀਆਂ ਦਾ ਜਿਹੜਾ ਉਹ ਫਲ ਭੁਗਤਣਾ ਪਏਗਾ। ਇਸ ਕਰਕੇ ਸੰਗਤਾਂ ਦੇ ਨਾਲ ਪਿਆਰ ਨਾਲ ਪੇਸ਼ ਆ ਕੇ ਜਿਹੜੇ ਦੋਸ਼ੀ ਨੇ, ਜਿਹੜੇ ਜ਼ਿੰਮੇਵਾਰ ਨੇ ਇਹਨਾਂ ਚੀਜ਼ਾਂ ਦੇ, ਉਹਨਾਂ ਨੂੰ ਕਟਹਿਰੇ ਦੇ ਵਿੱਚ ਸੰਗਤਾਂ ਦੇ ਸਾਹਮਣੇ ਖੜਾ ਕੀਤਾ ਜਾਣਾ ਚਾਹੀਦਾ, ਉਹਨਾਂ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਆ, ਸੱਚ ਦੁਨੀਆ ਦੇ ਸਾਹਮਣੇ ਜਿਹੜਾ ਆਉਣਾ ਚਾਹੀਦਾ। ਇਹ ਸਮੁੱਚੇ ਵਿਸ਼ਵ ਦਾ ਜਿਹੜਾ ਸਿੱਖ ਹੈ ਇਹ ਉਹ ਸਭ ਕੁਝ ਸੋਚ ਰਿਹਾ ਹੈ। ਇਸ ਕਰਕੇ ਜੇ ਇਹਨਾਂ ਚੀਜ਼ਾਂ 'ਤੇ ਆਪਾਂ ਪਹਿਰਾ ਦੇਵਾਂਗੇ, ਰਲ ਮਿਲ ਕੇ ਬੈਠ ਕੇ ਵਿਚਾਰ ਚਰਚਾ ਕਰਾਂਗੇ ਤਾਂ ਇਹਦੇ ਬਾਰੇ ਕੋਈ ਹੱਲ ਨਿਕਲ ਸਕਦਾ, ਨਹੀਂ ਤਾਂ ਜਿਹੜਾ ਹੈ ਉਹ ਪੰਥ ਹੈ ਉਹਦੇ ਵਿੱਚ ਬਹੁਤ ਜ਼ਿਆਦਾ ਇਹ ਨੁਕਸਾਨ ਹੋ ਰਿਹਾ। ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਇਹਦੇ ਸਿੱਟੇ ਜਿਹੜੇ ਉਹ ਮਾੜੇ ਨਿਕਲਣਗੇ। ਇਸ ਕਰਕੇ ਬੇਨਤੀ ਹੈ ਚਰਨਾਂ ਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਜਾਂ ਜਿਹੜੇ ਉੱਥੇ ਆਗੂ ਨੇ, ਰਲ ਬੈਠ ਕੇ ਇਹਦਾ ਮਿਲ ਬੈਠ ਕੇ ਇਹਦਾ ਜਿਹੜਾ ਮਸਲੇ ਦਾ ਹੱਲ ਕੀਤਾ ਜਾਵੇ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦਾ ਸਵਾਲ ਹੈ। ਇਹ ਕਿਸੇ ਬੰਦੇ ਦਾ ਨਹੀਂ, ਕਿਸੇ ਸੰਸਾਰੀ ਦਾ ਨਹੀਂ, ਇਹ ਪੂਰੇ ਮਨੁੱਖਤਾ ਦੇ ਰਹਿਬਰ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੇ ਗਮਨ ਹੋਣ ਦਾ ਸਵਾਲ ਹੈ ਵੀ ਸਰੂਪ ਗਏ ਕਿੱਥੇ। ਕੋਈ ਵੀ ਸਰੂਪ ਲੈਣ ਆਵੇ ਤਾਂ 3-4 ਜਗ੍ਹਾ 'ਤੇ ਇੰਟਰੀ ਹੁੰਦੀ ਹੈ, ਨਾਂ, ਐਡਰੈਸ, ਪਤਾ ਲਿਖਿਆ ਜਾਂਦਾ ਸਾਰਾ ਕੁਛ, ਪਰ ਇੰਨੇ ਸਰੂਪ ਕਿੱਥੇ ਗਏ, ਕਿੰਨੇ ਦਿੱਤੇ ਅਤੇ ਕਿਹਦੇ ਕਹਿਣ 'ਤੇ ਇਹ ਕੰਮ ਹੋਇਆ, ਇਹ ਸੰਗਤਾਂ ਦੇ ਸਾਹਮਣੇ ਸੱਚ ਜਿਹੜਾ ਆਉਣਾ ਚਾਹੀਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।